ਨਾਂ ਪਤਾ ਕਿਤੇ ਹੈਗੇ ਅਤੇ ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈਗੀ। ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਟ ਜਸਟ ਮੈਟਰ ਆਫ ਟਾਈਮ ਕਿ ਅਸੀਂ ਉਹਨਾਂ ਨੂੰ ਕਦੋਂ ਫੜਦੇ ਹੈਗੇ। ਅਤੇ ਸੀ ਪੀ ਅੰਮ੍ਰਿਤਸਰ ਉਹਨਾਂ ਦੀ ਟੀਮ ਸਾਡੀ ਟੀਮ ਇਹਦੇ ਵਿੱਚ ਲੱਗੀ ਹੈਗੀ ਅਤੇ ਹੋਪਫੁਲੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫੜ ਲਵਾਂਗੇ। ਇੱਕ ਮਿੰਟ, ਵਨ ਬਾਏ ਵਨ ਪਲੀਜ਼। ਸਰ ਕਾਰਨ ਕਿਆ ਰਹਾ ਫਾਇਰਿੰਗ ਕਰਨ ਕਾ? ਵੋ ਜੋ ਆਏ ਥੇ ਵੋ ਹਾਇਰ ਕੀਏ ਗਏ ਥੇ ਯਾ ਉਨਕੇ ਪਰਿਵਾਰ? ਦੇਖੋ, ਮੈਂ ਤੁਹਾਨੂੰ ਇਹ ਦੱਸ ਰਿਹਾ ਹੈਗਾ ਕਿ ਅਸੀਂ ਉਹਨਾਂ ਦੀ ਪਹਿਚਾਣ ਕਰ ਚੁੱਕੀ ਹੈ, ਲੇਕਿਨ ਜਦੋਂ ਫੜਾਂਗੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਨਾ ਕਿ ਹਾਂਜੀ ਪਹਿਚਾਣ ਫੇਰ ਕਰ ਸਕਦੇ ਹੋ ਕਿ? ਅਸੀਂ ਕਰ ਸਕਦੇ ਹਾਂ, ਲੇਕਿਨ ਨਾ ਉਹ ਡਿਲੇ ਹੋ ਜਾਊਗਾ ਅਰਸ ਦੇ ਵਿੱਚ, ਵੀ ਉਹ ਕਰਨਾ ਠੀਕ ਨਹੀਂ ਰਹੂਗਾ। ਦੋਨਾਂ ਦੀ ਹਾਂਜੀ ਐਫ ਆਈ ਆਰ ਦੀ ਡਿਟੇਲ ਸੀ ਪੀ ਸਾਹਿਬ ਤੁਹਾਨੂੰ ਦੱਸਣਗੇ, ਰਾਈਟ। ਬਾਕੀ ਚੰਡੀਗੜ੍ਹ ਦੀ ਟੀਮ ਵੀ ਕੰਮ ਕਰੇ ਜਾ ਰਹੀ ਇਸ ਕੇਸ 'ਤੇ। ਡੀ ਜੀ ਪੀ ਸਾਹਿਬ ਵੱਲੋਂ ਬੜੇ ਸਖ਼ਤ ਆਰਡਰ ਸੀਗੇ ਕਿ ਇਸ ਕੇਸ ਨੂੰ ਛੇਤੀ ਟਰੇਸ ਕੀਤਾ ਜਾਵੇ। ਸਾਡੀ ਟੀਮਸ ਇਹਦੇ ਵਿੱਚ ਕੰਮ ਕਰ ਰਹੀ ਹੈ, ਇਸ ਕਰਕੇ ਅਸੀਂ 12 ਘੰਟੇ ਦੇ ਵਿੱਚ ਹੀ ਬੰਦਿਆਂ ਦੀ ਪਛਾਣ ਕਰ ਚੁੱਕੇ ਦੋਸ਼ੀਆਂ ਦੀ, ਅਤੇ ਬਾਕੀ ਟੀਮੇ ਲੱਗੀ ਹੈਗੀ ਅਤੇ ਛੇਤੀ ਉਹਨਾਂ ਨੂੰ ਫੜ ਲਵਾਂਗੇ। ਸ਼ੱਕ ਜ਼ਾਹਰ ਕੀਤਾ ਸੀ ਕਿ ਸੁਖਚੈਨ ਸਿੰਘ ਦੇ ਪਹਿਲੇ ਸਹੁਰੇ ਜਿਹੜੇ ਨੇ ਟਾਂਡੇ ਦੇ, ਉਹਨਾਂ ਤੇ ਸ਼ੱਕ ਦੀ ਸੂਈ ਜਾਰ। ਇਸ ਤਰ੍ਹਾਂ ਅਸੀਂ ਹੁਣ ਕੁਛ ਕਹਿ ਨਹੀਂ ਸਕਦੇ ਜਦ ਤੱਕ ਅਸੀਂ ਉਹਨਾਂ ਨੂੰ ਫੜਦੇ ਨਹੀਂ। ਬਾਕੀ ਸੀ ਪੀ ਸਾਹਿਬ ਨੂੰ ਮੈਂ ਕਹਿਤਾ ਹੈਗਾ ਕਿ ਇਹਨਾਂ ਦੋਨਾਂ ਦੀ ਐਲ ਓ ਸੀ ਜਾਰੀ ਕਰਨ ਬਾਰੇ, ਅਤੇ ਉਹਨਾਂ ਦੀ ਦੋਨਾਂ ਦੀ ਐਲ ਓ ਸੀ ਅਸੀਂ ਜਾਰੀ ਕਰ ਚੁੱਕੇ ਹੈਗੇ। ਇੱਕ ਦਾ ਕ੍ਰਿਮੀਨਲ ਬੈਕਗਰਾਊਂਡ ਹੈਗਾ ਜਿਹਦੇ ਖਿਲਾਫ 10 ਪਰਚੇ ਹੈ, ਅਤੇ ਕੁਛ ਪਰਚੇ ਹੈਗੇ ਐਨ ਡੀ ਪੀ ਐਸ ਦੇ, ਕੁਛ ਪਰਚੇ ਹੈਗੇ ਲੜਾਈ ਝਗੜੇ ਦੇ। ਦੂਜਾ ਜਿਹੜਾ ਬੰਦਾ ਹੈਗਾ ਉਹਦੇ ਖਿਲਾਫ ਐਨ ਡੀ ਪੀ ਐਸ ਦੇ ਪਰਚੇ। ਇਹ ਹੁਣ ਤੱਕ ਲੱਗਦਾ ਨਹੀਂ ਕਿਸੇ ਗੈਂਗ ਨਾਲ ਜੁੜੇ ਹੈਗੇ। ਇਹ ਦੇਖੋ, ਇਹ ਕਹਿਣਾ ਠੀਕ ਨਹੀਂ ਰਹੂਗਾ। ਸ਼ੱਕ ਹੈਗਾ ਉਹ ਗੱਲ ਵੱਖਰੀ ਹੈ, ਅਸੀਂ ਜਾਵਾਂਗੇ ਜਿਹੜੀ ਤਫਤੀਸ਼ ਹੈ ਉਹਦੇ ਮੁਤਾਬਿਕ ਜਾਵਾਂਗੇ। ਜਦੋਂ ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਲਵਾਂਗੇ ਉਸ ਤੋਂ ਬਾਅਦ ਫਿਰ ਦੱਸ ਪਾਵਾਂਗੇ ਮੋਟਿਵ ਕੀ ਸੀਗਾ। ਇਹ ਸੀ ਪੀ ਸਾਹਿਬ ਦੱਸ ਪਾਵਾਂਗੇ। ਦੇਖੋ, ਇਹ ਤਾਂ ਕਾਮਨ ਸੈਂਸੀਕਲ ਗੱਲ ਹੈਗੀ ਕਿ ਜਦੋਂ ਬੰਦੀ ਇੱਥੇ ਪਹੁੰਚ ਗਏ ਉਹਨਾਂ ਦੇ ਹੁਲੀਆ ਕੀ ਸੀਗਾ, ਕਿਸ ਗੱਡੀ 'ਤੇ ਆਏ ਉਹ, ਜਿਹੜੀ ਗੱਡੀ 'ਤੇ ਉਹ ਆਏ ਸੀਗੇ ਉਹ ਗੱਡੀ ਵੀ ਅਸੀਂ ਸਾਨੂੰ ਪਤਾ ਲੱਗ ਗਿਆ ਕਿਸ ਗੱਡੀ 'ਤੇ ਆਏ ਸੀਗੇ, ਮੋਟਰਸਾਈਕਲ ਸੀਗੀ ਅਤੇ ਉਹਦੇ ਬਾਰੇ ਪਤਾ ਲੱਗ ਗਿਆ ਸਾਨੂੰ, ਅਤੇ ਬਾਕੀ ਜਸਟ ਮੈਟਰ ਆਫ ਅਰੈਸਟਿੰਗ ਦੇ। ਹਾਂਜੀ ਹਾਂਜੀ, ਇੱਕ ਹੈਗਾ ਕਪੂਰਥਲੇ ਦਾ, ਦੂਜਾ ਹੈਗਾ ਜਲੰਧਰ ਦਾ। ਸਰ, ਇੱਕ ਹੈਰਾਨੀ ਦੀ ਗੱਲ ਕਿ ਗੋਲੀ ਚਲਾਉਣ ਆਇਆ ਬੰਦਾ ਮਾਰਨ ਦੀ ਨੀਤ ਨਾਲ ਇੱਥੇ ਪਹੁੰਚੇ, ਨਾ ਉਹਨਾਂ ਨੇ ਚਿਹਰੇ ਟਕੇ, ਨਾ ਮਤਲਬ ਨੰਬਰ ਪਲੇਟ ਵੀ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿੱਡੇ ਮਤਲਬ ਬੁਲੰਦ ਹੌਸਲੇ, ਕਿਸ ਤਰ੍ਹਾਂ ਦੀ ਕ੍ਰਿਮੀਨਲ? ਇਹ ਦੇਖੋ, ਉਹ ਤੋਂ ਪੜ੍ਹਨ ਤੋਂ ਬਾਅਦ ਹੀ ਦੱਸਵਾਂਗੇ ਮਤਲਬ ਜੋ ਵੀ ਹੈਗਾ। ਬਾਕੀ ਸੀ ਪੰਜਾਬ ਪੁਲਿਸ
ਬਹੁਤ ਮਿਹਨਤ ਕਰ ਰਹੀ ਹੈਗੀ ਤਾਂ ਹੁਣ ਇਹ ਦੇਖੋ ਇਸ ਕੇਸ ਵਿੱਚ ਕੁਛ ਹੀ ਘੰਟਿਆਂ ਦੀ ਮਤਲਬ 12 ਘੰਟੇ ਵੀ ਨਹੀਂ ਹੋਏ ਹੁਣ 12 ਘੰਟੇ ਦੇ ਵਿੱਚ ਹੀ ਅਸੀਂ ਦੋਨਾਂ ਦੀ ਪਹਿਚਾਣ ਕਰ ਚੁੱਕੇ ਹੈਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਬੰਦੇ ਛੇਤੀ ਫੜੇ ਜਾਣਗੇ। ਦੇਖੋ ਇਹ ਤਾਂ ਸੀ ਪੀ ਸਾਹਿਬ ਦੱਸ ਪਾਣਗੇ ਕਿ ਕੁਛ ਬੰਦੇ ਹੋ ਸਕਦਾ ਹੈ ਕਿ ਰਾਊਂਡ ਅਪ ਕੀਤੇ ਹੋਏ ਨੇ ਇਹਨਾਂ ਨੇ, ਬਟ ਯੂ ਨੋ ਸਾਨੂੰ ਪਤਾ ਨਹੀਂ ਲੱਗਿਆ ਕਿਹੜੇ ਬੰਦੇ ਹੈਗੇ। ਹਾਂਜੀ ਉਹ ਕੰਸਰਨਡ ਹੈਗੇ ਕਿ ਉਹਨਾਂ ਦੇ ਘਰ ਵਿੱਚ ਆ ਕੇ ਬੰਦਿਆਂ ਨੇ ਗੋਲੀ ਚਲਾਈ ਅਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਉਹ ਦੋਸ਼ੀ ਛੇਤੀ ਫੜੇ ਜਾਣ। ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਬੰਦਿਆਂ ਦੀ ਜਿਹੜੀ ਪਹਿਚਾਣ ਹੋ ਚੁੱਕੀ ਹੈਗੀ ਅਤੇ ਉਹਨਾਂ ਨੂੰ ਅਤੇ ਅਸੀਂ ਉਹਨਾਂ ਨੂੰ ਛੇਤੀ ਫੜ ਲਵਾਂਗੇ। ਜਿਸ ਤਰ੍ਹਾਂ ਮੈਂ ਦੱਸਿਆ ਸੀ ਪੀ ਸਾਹਿਬ ਨੇ ਕਿ ਹੀ ਇਜ਼ ਆਊਟ ਆਫ ਡੇਂਜਰ। ਦੇਖੋ ਪੰਜਾਬ ਪੁਲਿਸ ਹੁਣ ਤੱਕ ਮੈਂ ਤੁਹਾਨੂੰ ਦੱਸ ਪਾਵਾਂਗਾ ਕਿ ਹੁਣ ਤੱਕ ਜਿੰਨੇ ਕੁ ਸੀਰੀਅਸ ਕ੍ਰਾਈਮ ਪੰਜਾਬ ਦੇ ਵਿੱਚ ਹੋਏ ਹੈ ਸਾਰੇ ਹੀ ਟਰੇਸ ਹੋ ਚੁੱਕੇ ਹੈ ਅਤੇ ਰਿਕਾਰਡ ਟਾਈਮ ਦੇ ਵਿੱਚ ਟਰੇਸ ਹੋ ਚੁੱਕੇ ਹੈ। ਇਸ ਕਰਕੇ ਮਤਲਬ ਸਾਡੇ ਵਾਸਤੇ ਬਹੁਤ ਚੈਲੇਂਜਿੰਗ ਕੇਸ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸਰ ਅਭੀ ਜੈਸੇ ਇਨਕਾ ਡਿਸਪਿਊਟ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਜੈਸੇ ਵਾਰਦਾਤ ਹੋਈ ਇਨਕੇ ਘਰ ਮੇ ਹੋਈ ਹੈ, ਚਾਹੇ ਵੋ ਕੌਣ ਹੈ ਕੌਣ ਨਹੀਂ ਵੋ ਇਨਵੈਸਟੀਗੇਸ਼ਨ ਕਾ ਪਾਰਟ ਹੈ, ਲੇਕਿਨ ਅੰਮ੍ਰਿਤਸਰ ਪੁਲਿਸ ਜਾਂ ਪੰਜਾਬ ਪੁਲਿਸ ਇਨਕੋ ਕੋਈ ਸੁਰੱਖਿਆ ਮੁਹੱਈਆ ਕਰਵਾਉਣੀ ਜਾ ਰਹੀ ਹੈ ਕੋਈ ਇਨਕੇ ਅਸੈਸ ਕਰ ਲੇਂਗੇ। ਜੀ ਜੀ ਉਹ ਅਸੈਸ ਕਰ ਲਾਂਗੇ। ਉਹਨਾਂ ਨੇ ਬੋਲਿਆ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੋ ਕੈਨ ਟੇਕ ਕੇਅਰ ਆਫ ਦੈਟ। ਜੀ ਜੀ ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈਗੀ। ਦੱਸੋ ਕਿੰਨੇ ਦਿਨ ਕਿੰਨਾ ਦੀ ਆਲਰੇਡੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਫੇਰ ਦੱਸ ਦਿੰਦਾ ਐਫ ਆਈ ਆਰ ਇਹਨਾਂ ਨੇ 5 ਬੰਦਿਆਂ ਦੇ ਖਿਲਾਫ ਸ਼ੱਕ ਜ਼ਾਹਰ ਕੀਤਾ ਗਾ, ਜਿਹੜੀ ਇਹਨਾਂ ਦੀ ਪਹਿਲੀ ਡਾਟਰ ਇਨ ਲਾਅ ਸੀ, ਉਹਦੇ ਮਾਤਾ ਪਿਤਾ, ਉਹਨਾਂ ਇੱਕ ਇਹ ਜਿਹੜਾ ਜ਼ਖਮੀ ਹੋਇਆ ਸੁਖਚੈਨ ਇਹਦਾ ਸਾਡੂ, ਇੱਕ ਸਾਲਾ ਅਤੇ ਇੱਕ ਹੋਰ ਵਿਅਕਤੀ ਆ। 5 ਬੰਦਿਆਂ ਦੇ ਖਿਲਾਫ ਇਹਨਾਂ ਨੇ ਸ਼ੱਕ ਜ਼ਾਹਰ ਕਰਕੇ ਐਫ ਆਈ ਆਰ ਇਹਨਾਂ ਨੇ ਦਰਜ ਕਰਵਾਈ ਆ। ਬਾਕੀ ਸਰ ਨੇ ਤੁਹਾਨੂੰ ਦੱਸਤਾ ਅਸੀਂ 2 ਬੰਦੇ ਜਿਹੜੇ ਇਸ ਕੇਸ ਦੇ ਵਿੱਚ ਇਹਨਾਂ ਨੇ ਅੱਜ ਆ ਕੇ ਮੌਕੇ 'ਤੇ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਬੋਥ ਹੈਵ ਬੀਨ ਆਈਡੈਂਟੀਫਾਈਡ ਅਤੇ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਹੀ ਇਹ ਵੈਰੀਫਿਕੇਸ਼ਨ ਹੋ ਪਾਵੇਗੀ ਵੀ ਜੋ ਪਰਿਵਾਰ ਦੇ ਐਲੀਗੇਸ਼ਨ ਨੇ ਉਹ ਐਲੀਗੇਸ਼ਨ ਸਹੀ ਨੇ ਜਾਂ ਉਹਦੇ 'ਚ ਕੋਈ ਹੋਰ ਮੋਟਿਵ ਆ ਜਾਂ ਐਗਜੈਕਟ ਮੋਟਿਵ ਕੀ ਆ, ਉਹ ਐਗਜੈਕਟਲੀ ਜਿਹੜਾ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਲੈਰਿਟੀ ਹੋ। ਹਾਂਜੀ ਅਸੀਂ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ, ਉਹ ਹਲੇ ਸਾਡੇ ਕੋਲ ਪਹੁੰਚਿਆ ਨਹੀਂ, ਉਹਨੂੰ ਰਾਊਂਡ ਅਪ ਕਰਕੇ ਹਾਂਜੀ ਹੁਸ਼ਿਆਰਪੁਰ ਤੋਂ ਜਿਹੜਾ ਇਹਨਾਂ ਨੇ 5 'ਚੋਂ ਲਿਖਾਇਆ ਸੀ, ਇੱਕ ਬੰਦੇ ਰਾਊਂਡ ਅਪ ਕੀਤਾ, ਉਦੋਂ ਵੀ ਪੁੱਛਗਿੱਛ ਕਰਾਂਗੇ ਇੱਥੇ ਆ ਗਿਆ, ਅਤੇ ਬਾਕੀ ਜਿਹਨੂੰ ਹੋਰ ਰਾਊਂਡ ਅਪ ਕਰਨ ਦੀ ਲੋੜ ਪਈ ਉਹਨਾਂ ਨੂੰ ਵੀ ਰਾਊਂਡ ਅਪ ਕਰਾਂਗੇ।
ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਲੈ ਕੇ ਜਾਵਾਂਗੇ ਤੇ ਜਲਦੀ ਅਰੈਸਟ ਕਰ ਲਾਂਗੇ ਸਰ। ਉਹਨਾਂ 'ਚ NRI ਨਹੀਂ ਹੈਗਾ, ਕੇਸ ਸਰ ਨੇ ਆਲਰੇਡੀ ਦੱਸਤਾ, ਜਦੋਂ ਮੇਨ ਬੰਦੇ ਜਿਹੜੇ ਆ ਉਹ ਆਈਡੈਂਟੀਫਾਈ ਹੋ ਗਏ ਤੇ ਕੇਸ ਸੋਲਵ ਹੋ ਗਿਆ, ਕੇਸ ਟ੍ਰੇਸ ਹੋ ਗਿਆ। ਇਹ ਕਰਾਉਣ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਜੀ, ਵੰਸ ਦੇ ਆਰ ਅਰੈਸਟਡ ਉਹਨਾਂ ਦਾ ਕੀ ਮੋਟਿਵ ਸੀ, ਕਿਉਂ ਆਏ ਨੇ, ਦੈਟ ਵਿਲ ਬੀ ਕਲੀਅਰਡ ਇਨ ਦਾ ਕਮਿੰਗ ਟਾਈਮ। ਸਰ ਤੁਹਾਡੇ ਤੋਂ ਇਹ ਜਾਣਨਾ ਚਾਹ ਰਹੇ ਸੀਗੇ, ਸਿੰਪਲ ਜਿਹਾ ਸਵਾਲ ਹੈ ਇੱਕ, ਕਿਉਂਕਿ ਇੱਕ ਮਾਹੌਲ ਸਿਰਜਿਆ ਗਿਆ ਸਵੇਰ ਤੋਂ ਹੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹ ਮਾਹੌਲ ਸਿਰਜਿਆ ਗਿਆ ਕਿ ਇੱਕ NRI ਪਰਿਵਾਰ ਤੇ ਹਮਲਾ ਹੋ ਗਿਆ। ਤੁਹਾਡੇ ਤੋਂ ਮੈਂ ਇਹ ਪੁੱਛਣਾ ਚਾਹ ਰਿਹਾ ਸੀਗਾ ਸਾਰੀ ਮੀਡੀਆ ਦੇ ਮਾਧਿਅਮ ਰਾਹੀਂ, ਕਿ ਇਹ ਇੱਕ ਫੈਮਿਲੀ ਡਿਸਪਿਊਟ ਸੀਗਾ ਜਾਂ ਵਾਕਈ ਕਿਸੇ NRI ਦੇ ਉੱਤੇ ਹਮਲਾ ਹੋਇਆ ਜਾਂ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਪਹਿਲਾਂ ਵੀ ਕਲੀਅਰ ਕੀਤਾ ਸੀ ਇਹ NRI ਦੇ ਨਾਂ ਤੇ ਜਿਵੇਂ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ, ਉਸ ਤਰ੍ਹਾਂ ਦੀ ਇਹਦੇ ਨਾਲ ਕੋਈ ਇਸ਼ੂ ਨਹੀਂ ਹੈਗਾ। ਐਜ਼ ਆਫ ਨਾਓ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਕੋਈ NRI ਨੂੰ ਥ੍ਰੈਟ ਕਰਨਾ ਜਾਂ NRI ਤੇ ਅਟੈਕ ਕਰਨਾ ਜਾਂ NRI ਦੇ ਕਾਰਨ ਕਰਕੇ ਜੇ ਅਟੈਕ ਹੋਣਾ, ਅਜਿਹੀ ਸਾਡੇ ਕੋਈ ਐਵੀਡੈਂਸ ਨਹੀਂ ਆਈ। ਇਹ ਇੱਕ ਨਾਰਮਲ ਕ੍ਰਾਈਮ ਆ ਐਜ਼ ਆਫ ਨਾਓ ਦੀ ਇਨਵੈਸਟੀਗੇਸ਼ਨ ਤੋਂ, ਇਹਦੀ ਵੱਧ ਕਲੈਰਿਟੀ ਆ ਜਿਹੜੀ ਉਹ ਕੰਪਲੀਟ ਆ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਦੋਂ ਤੁਹਾਨੂੰ ਦੱਸਿਆ ਅਰੈਸਟ ਹੋ ਗਏ, ਉਹਦੇ 'ਚ ਜੋ ਕਲੈਰਿਟੀ ਆਏਗੀ ਤੁਹਾਨੂੰ ਕਲੀਅਰ ਕਰ ਦਿਆਂਗੇ। ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਇਸ ਮਰਡਰ ਕੇਸ ਦੇ ਵਿੱਚ। ਹਾਲਾਂਕਿ ਮਰਡਰ ਦੀ ਕੋਸ਼ਿਸ਼ ਦਾ ਇਹ ਮਾਮਲਾ ਹੈ, NRI ਜ਼ੇਰੇ ਇਲਾਜ ਹੈ ਜਿਸ 'ਤੇ ਗੋਲੀਆਂ ਚਲਾਈਆਂ ਗਈਆਂ ਸੀ, ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਛਾਣ ਕਰ ਲਈ ਹੈ ਜਿਹੜੇ ਦੋ ਮੁਲਜ਼ਮ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਘਰ 'ਚ ਵੜ ਕੇ, ਉਹਨਾਂ ਦੀ ਪਛਾਣ ਕਰ ਲਈ ਗਈ ਹੈ। ਪਰ ਪੁਲਿਸ ਨੇ ਕਿਹਾ ਹੈ, ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀਂ ਇਸ ਬਾਬਤ ਜਾਣਕਾਰੀ ਜਿਹੜੀ ਹੈ ਉਹ ਉਹਨਾਂ ਦੋ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਦੇਵਾਂਗੇ। ਪਰਿਵਾਰ ਕੋ ਹਮਨੇ ਇੱਕ ਆਸ਼ਵਾਸਨ ਦਿਲਾਇਆ ਕਿ ਮੁਝੇ DGP ਸਾਹਿਬ ਨੇ CM ਸਾਹਿਬ ਨੇ ਡਿਪੋਰਟ ਕਰ ਚੁੱਕੇ ਹੈ, ਔਰ ਯਹਾਂ ਪੇ ਆ ਕੇ ਫੈਮਿਲੀ ਸੇ ਬਾਤ ਕਰਨੇ ਕੇ ਲੀਏ ਔਰ ਇਸ ਕੇਸ ਕੋ ਟ੍ਰੇਸ ਕਰਨੇ ਕੇ ਲੀਏ CP ਅੰਮ੍ਰਿਤਸਰ ਮਿਸਟਰ ਰਣਜੀਤ ਸਿੰਘ ਔਰ ਹਮਾਰੀ ਚੰਡੀਗੜ੍ਹ ਸੇ ਟੀਮ, ਇਹ ਸਭੀ ਨੇ ਮਿਲ ਕੇ ਹਮਨੇ ਦੋ ਦੋਸ਼ੀ ਇਸ ਕੇਸ ਮੇਂ ਆਇਡੈਂਟੀਫਾਈ ਕਰ ਚੁੱਕੇ ਹੈ, ਔਰ ਇੱਕ ਦੋਸ਼ੀ ਕੇ ਖਿਲਾਫ ਤਕਰੀਬਨ 10 ਪਰਚੇ ਹੈ, ਦੂਸਰੇ ਦੋਸ਼ੀ ਕੇ ਖਿਲਾਫ ਕੁਛ ਪਰਚੇ ਹੈ NDPS ਕੇ ਔਰ ਝਗੜੇ ਕੇ, ਔਰ ਹਮੇ ਉਮੀਦ ਹੈ ਕਿ ਜਲਦੀ ਇਹ ਦੋਨੋਂ ਦੋਸ਼ੀ ਪਕੜੇ ਜਾਏਗੇ। ਸਰ ਲਾਸਟ ਟਾਈਮ ਜਬ ਆਪ ਆਏ ਥੇ ਤੋ ਬੰਬ ਕਾ ਕੇਸ ਥਾ ਜੋ ਐਸ ਆਈ ਕੇ ਕਰਕੇ ਬਾਹਰ ਲਗਾਇਆ, ਤੋ ਅੱਜ ਵੀ ਆਪ ਆਏ ਹੈਂ, ਕਿਤਨੀ ਸੈਂਸਿਟਿਵ ਕੇਸ, ਕਿਤਨਾ ਸੈਂਸਿਟਿਵ ਹੈ, ਇਨਕੋ ਪਰਿਵਾਰ ਕੋ ਥ੍ਰੈਟ ਹੈ ਕਿਸੀ? ਇਸ ਪਰਿਵਾਰ ਕੋ ਥ੍ਰੈਟ ਹੈ ਜਾਂ ਨਹੀਂ ਹਮ ਅਸੈਸ ਕਰ ਲੇਂਗੇ, ਲੇਕਿਨ ਮੀਨਵਾਈਲ ਮੈਂ ਰਿਕੁਐਸਟ ਕਰੂੰਗਾ CP ਸਾਹਿਬ ਕੋ ਕਿ ਕੁਛ ਸਿਕਿਉਰਿਟੀ ਇਸ ਏਰੀਆ ਕੀ ਬੜਾ ਦੀ ਜਾਏ ਔਰ ਕੁਛ ਸਟੈਟਿਕ ਗਾਰਡ ਵੀ ਹਮ ਕੁਛ ਦਿਨ ਕੇ ਲਈ ਯਹਾਂ ਪੇ ਲਗਾ ਸਕਤੇ ਹੈਂ। ਸਰ ਔਰ ਲੋਕੋ ਕੀ ਜਾਂ ਗਾਓ ਵਾਲੋ ਸੇ ਮਿਲੇ ਆਪ ਜਾਂ ਪੁਲਿਸ ਸੇ ਕੋਈ ਡਿਮਾਂਡ ਕੀ ਹੋ? ਮੈਂ ਅਭੀ ਗਾਓ ਵਾਲੋ ਸੇ ਅੰਦਰ ਜੋ ਬੈਠੇ ਥੇ ਉਨਕੇ ਰਿਸ਼ਤੇਦਾਰ ਗਾਓ ਵਾਲੇ ਉਨਸੇ ਬਾਤ ਕਰ ਚੁਕਾ ਹੂੰ ਔਰ ਦੇ ਆਰ ਸੈਟਿਸਫਾਈਡ ਵਿਦ ਦ ਪੁਲਿਸ ਇਨਵੈਸਟੀਗੇਸ਼ਨ, ਔਰ ਕਿਉਂਕਿ ਸਵੇਰੇ 7 ਵਜੇ ਇਹ ਵਾਕਿਆ ਹੋਇਆ ਸੀਗਾ ਔਰ 7 ਵਜੇ ਕੇ ਬਾਅਦ ਅਭੀ ਸੇ ਮੰਨ ਲਓ 6 ਵਜੇ ਸੇ 6:30 ਵਜੇ ਅਗਰ ਹਮ ਮੀਡੀਆ ਕੋ ਬਤਾ ਰਹੇ ਕਿ ਦੋ ਲੋਕੋ ਕੀ ਪਹਿਚਾਨ ਕਰ ਚੁੱਕੇ ਹੈ, ਇਸਕਾ ਮਤਲਬ 12 ਘੰਟੇ ਕੇ ਅੰਦਰ ਅੰਦਰ ਹੀ ਹਮ ਦੋਨੋ ਕੀ ਯੂਨੋ ਆਇਡੈਂਟੀਫਾਈ ਕਰ ਚੁੱਕੇ ਦੋਨੋ ਕੋ। ਵੈਪਨ ਯੇ ਦੇਸੀ ਵੈਪਨ ਥੇ, ਦੇਸੀ ਕੱਟੇ ਥੇ ਦੋਨੋ, ਔਰ ਆਪਕੋ ਸ਼ਾਇਦ ਮੀਡੀਆ ਕੋ ਪਤਾ ਹੀ ਹੋਗਾ ਕਿ ਮੱਧ ਪ੍ਰਦੇਸ਼ ਸੇ ਕਾਫੀ ਕੁਛ ਇਸ ਤਰ੍ਹਾਂ ਕੇ ਵੈਪਨਸ ਆ ਰਹੇ ਹੈ ਔਰ ਪੰਜਾਬ ਪੁਲਿਸ ਨੇ ਬੜੀ ਸਖਤੀ ਕਰਕੇ ਇਸਕੇ ਪਹਿਲੇ ਕਾਫੀ ਐਕਿਊਜ਼ਡ ਆਮ ਸੈਟ ਕੇਸਿਸ ਮੇਂ ਪਕੜੇ ਗਏ ਔਰ ਬੜੇ ਸਾਰੇ ਵੈਪਨ ਹਮਨੇ ਬਰਾਮਦ ਵੀ ਕਰੇ ਹੈ, ਤੋ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਔਰ ਜਨਤਾ ਕੇ ਲੀਏ ਹਰ ਵਕਤ
रेडी है और इसीलिए मतलब आप ये देख रहे हो कि इतने प्रॉम्प्टली हर केस में एक एक्शन हो रही है। डीजीपी साहब के सीएम साहब से क्या बात हुई, क्या उन्होंने अगर बता दें? डीजीपी साहब की तरफ से सख्त आदेश थे कि मैं यहाँ पे आऊँ और मिस्टर रंजीत सिंह सीपी अमृतसर अब उनको भी कहा गया था कि ये जल्दी इस केस को ट्रेस करें, दोषी को अरेस्ट करें और इसी के कारण मैं यहाँ पे आया हूँ। पहचान हुई है उनका, कोई क्रिमिनल कारण पता लगा, क्या कारण है? मोटिव पता लग जाएगा जी, जब बंदे पकड़े जाएंगे उसका पता लग जाएगा। क्रिमिनल रिकॉर्ड बता दीजिए। एक का क्रिमिनल, दोनों का क्रिमिनल रिकॉर्ड है, एक के खिलाफ 10 FIR है और दूसरे के खिलाफ NDPS का FIR है और कोई 2 FIR और। सर किसी गैंग के तो नहीं प्रॉपर? अभी तक इसके बारे में कुछ पता नहीं है, जब पकड़े जाएंगे पता लग जाएगा। थैंक यू सर, थैंक यू।